ਫਿਲੌਰ ਪੁਲਿਸ ਨੇ ਕਾਰ ਸਵਾਰ ਤਿੰਨ ਵਿਅਕਤੀਆਂ ਪਾਸੋਂ ਲੱਖਾਂ ਰੁਪਏ ਦੀ ਨਕਦੀ ਬਰਾਮਦ ਕਰਨ ਵਿੱਚ ਵੱਡੀ ਕਾਮਯਾਬੀ ਹਾਸਲ ਕੀਤੀ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਥਾਣਾ ਫਿਲੌਰ ਦੇ SHO ਸੁਖਦੇਵ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਦੇਰ ਰਾਤ ਲਗਾਏ ਨਾਕੇ ਦੌਰਾਨ ਇੱਕ ਚਿੱਟੇ ਰੰਗ ਦੀ ਵੈਗਨਰ ਕਾਰ ਜਿਸ ਵਿੱਚ ਤਿੰਨ ਵਿਅਕਤੀ ਸਵਾਰ ਸਨ ਨੂੰ ਸ਼ੱਕ ਦੇ ਚੱਲਦਿਆਂ ਰੋਕਿਆ ਸੀ ਅਤੇ ਇਸ ਦੌਰਾਨ ਪੁਲਿਸ ਨੂੰ ਇੱਕ ਕਿੱਟ ਬੈਗ ਮਿਲਿਆ ਜਿਸ ਨੂੰ ਪੁਲਿਸ ਨੇ ਜਦੋਂ ਖੋਲ੍ਹ ਕੇ ਚੈੱਕ ਕੀਤਾ ਤਾਂ ਉਸ ਵਿੱਚੋਂ 19,50,455 ਰੁਪਏ ਬਰਾਮਦ ਹੋਏ। ਉਹਨਾਂ ਦੱਸਿਆ ਕਿ ਕਾਰ ਸਵਾਰ ਉਕਤ ਵਿਅਕਤੀ ਇੰਨੀ ਵੱਡੀ ਰਕਮ ਦਾ ਕੋਈ ਵੀ ਕਾਗਜ਼ ਪੱਤਰ ਨਹੀਂ ਦਿਖਾ ਸਕੇ। ਕਾਬੂ ਕੀਤੇ ਇਹਨਾਂ ਵਿਅਕਤੀਆਂ ਦੀ ਪਹਿਚਾਣ ਅਮਿਤ ਕੁਮਾਰ ਪੁੱਤਰ ਜੈਲਾਸ਼ ਚੰਦ, ਅਨਿਲ ਕੁਮਾਰ ਪੁੱਤਰ ਲਛਮਣ ਦਾਸ ਅਤੇ ਦੀਪਕ ਕੋਹਲੀ ਪੁੱਤਰ ਲਛਮਣ ਦਾਸ, ਤਿੰਨੋਂ ਵਾਸੀ ਫਿਰੋਜ਼ਪੁਰ ਕੈਂਟ ਵਜੋਂ ਹੋਈ ਹੈ। ਉਹਨਾਂ ਦੱਸਿਆ ਕਿ ਉਕਤ ਰਾਸ਼ੀ ਬਾਰੇ ਇਨਕਮ ਟੈਕਸ ਅਫਸਰ TP ਸਿੰਘ ਨੂੰ ਇਤਲਾਹ ਦੇ ਦਿੱਤੀ ਗਈ ਹੈ, ਜਿਨ੍ਹਾਂ ਨੇ ਉਕਤ ਰਾਸ਼ੀ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ। ਇਹ ਕੱਲ੍ਹ ਬੀਤੀ ਰਾਤ ਕਰੀਬ 11 ਵਜੇ ਰਾਤ ਹਾਈਟੈਕ ਨਾਕਾ ਫਲੋਰ ਹਾਈਵੇ ਉੱਪਰ ਲੱਗਾ ਹੋਇਆ ਸੀ, ਜਿੱਥੇ ਚੈਕਿੰਗ ਦੌਰਾਨ ਇੱਕ ਵੈਗਨੌਰ ਗੱਡੀ ਨੰਬਰ PB05AR0472 ਵਹੀਕਲ ਆਈ ਜੀ ਜੀ, ਇਸ ਨੂੰ ਚੈੱਕ ਕਰਨ 'ਤੇ ਉਸ ਵਿੱਚੋਂ ਜਿਹੜਾ ਇੱਕ ਕਿੱਟ ਬੈਗ ਬਰਾਮਦ ਹੋਇਆ ਜੀ, ਜਿਸ ਵਿੱਚ 19,00,000 ਹਾਂਜੀ 50,455 ਰੁਪਏ ਹਾਂਜੀ ਰਿਕਵਰੀ ਹੋਈ ਹੈ। ਠੀਕ ਹੈ, ਜੋ ਇਹ ਕੈਸ਼ ਜਿਹੜਾ ਜਿਸ ਨੂੰ ਲੈ ਕੇ ਜਾ ਰਿਹਾ ਸੀ ਅਮਿਤ ਕੁਮਾਰ, ਅਨਿਲ ਕੁਮਾਰ ਅਤੇ ਦੀਪਕ ਕੋਹਲੀ, ਠੀਕ ਹੈ ਜੀ, ਇਹ ਫਿਰੋਜ਼ਪੁਰ ਕੈਂਟ ਦੇ ਰਹਿਣ ਵਾਲੇ ਨੇ। ਠੀਕ, ਇਹ ਕੋਈ ਇਸ ਬਾਰੇ ਕੋਈ ਆਪਣਾ ਕੋਈ ਕਾਗਜ਼ ਪੱਤਰ ਨਹੀਂ ਪੇਸ਼ ਕਰ ਸਕੇ ਕਿ ਇਹ ਪੈਸਾ ਜਿਹੜਾ ਕਿਸ ਬੈਂਕ ਤੋਂ ਆਇਆ ਜਾਂ ਕਿਸ ਪਰਪਸ ਦਾ ਹੈਗਾ। ਜਿਸ ਸੰਬੰਧੀ ਅਸੀਂ ਜੋ ਇਨਕਮ ਟੈਕਸ ਆਫਿਸਰ ਨੂੰ ਰਾਤ ਵੇਲੇ ਨੋਟ ਕਰਵਾਇਆ ਸੀ ਜੀ, ਪਰ ਉਹਨਾਂ ਦੇ ਅਜੇ ਤੱਕ ਕੋਈ ਆਫਿਸਰ ਨਹੀਂ ਆਇਆ, ਜੋ ਇਸ ਉੱਤੇ ਜੋ ਕਾਰਵਾਈ ਆ ਉਹ ਅੱਗੇ ਹੀ ਇਨਕਮ ਟੈਕਸ ਵਿਭਾਗ ਕਰੇਗਾ। ਅਸੀਂ ਇਹਨਾਂ ਨੂੰ ਜਿਹੜਾ ਰਿਕਵਰੀ ਗੇਮ ਤਿਆਰ ਕਰਕੇ ਇੱਥੇ ਅਸੀਂ ਥਾਣੇ ਵਿੱਚ ਜਮ੍ਹਾਂ ਕੀਤਾ ਹੈ। ਕੀ ਲੱਗਦਾ ਇਹ ਮਤਲਬ ਜੋਹੇ ਜਾਹੇ ਦਾ ਪੈਸਾ ਤਾਂ ਨਹੀਂ, ਕੀ ਲੱਗਦਾ ਅੰਦਾਜ਼ਾ? ਨਹੀਂ, ਇਹੋ ਜਿਹੀ ਕੋਈ ਗੱਲ ਇਨਵੈਸਟੀਗੇਸ਼ਨ 'ਚ ਨਹੀਂ ਸਾਹਮਣੇ ਆਈ। ਓਕੇ, ਬਾਕੀ ਉਹ ਇਸ ਬਾਰੇ ਪੇਪਰ ਪੇਸ਼ ਕਰਨਗੇ। ਜਿਹਨਾਂ ਪੁੱਛਗਿੱਛ 'ਤੇ ਦੱਸਿਆ ਸੀ ਕਿ ਅਸੀਂ ਫਿਰੋਜ਼ਪੁਰ ਤੋਂ ਜੋ ਕਣਕ ਦੀ ਸਪਲਾਈ ਕਰਦੇ ਵੱਖ ਵੱਖ ਫਲੋਰ ਮਿਲਾਂ ਜੀ ਵਿੱਚ ਜੀ ਜੀ, ਉਹਨਾਂ ਤੋਂ ਕਲੈਕਸ਼ਨ ਕਰਕੇ ਲੈ ਕੇ ਆਏ। ਠੀਕ ਹੈ ਜੀ, ਕਿੱਧਰੋਂ ਜਾ ਰਹੇ ਸੀ? ਜਲੰਧਰ, ਲੁਧਿਆਣਾ ਤੋਂ ਜਲੰਧਰ। ਜਲੰਧਰ ਨੂੰ ਜਾ ਰਹੇ ਕੀ ਬੰਦੇ? ਜਿਹੜੇ ਦੋ ਜਣੇ ਜਿਹਨਾਂ ਤੋਂ ਬਰਾਮਦ ਹੋਇਆ ਕੈਸ਼, ਹਾਂਜੀ, ਉਹ ਬੰਦੇ ਆਪਣੇ ਕੋਲ ਹੈ? ਨਹੀਂ ਜੀ, ਉਹ ਬੰਦੇ ਅਸੀਂ ਮੌਕੇ 'ਤੇ ਰਿਲੀਜ਼ ਕਰ ਦਿੱਤੇ, ਰਿਲੀਜ਼ ਕਰ ਉਹਨਾਂ ਦਾ ਕੈਸ਼ ਜਮ੍ਹਾਂ ਕਰ ਲਿਆ, ਜ਼ਬਤ ਕਰ ਲਿਆ।